ਥਣਾਂ ਦੀਆਂ ਵਿਡਲਾਂ ਵੀ ਦੋਸਤਾਂ ਨੇ ਵੇਖ ਲੈਣੀਆਂ ਮਾਸ਼ਾਅੱਲਾ ਆਰਡਰ ਕੁਆਲਿਟੀ ਘੱਟ ਵਾਲਾ ਆਰਡਰ ਐ ਚੈੱਕ ਕਰੋ ਮਾਸ਼ਾਅੱਲਾ ਜੀ ਭਾਈ ਜਾ ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾ ਪਾਕ ਦੇ ਫਜ਼ਲ ਅਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਮੰਗਲ ਦਾ ਅਤੇ ਇਸ ਟਾਈਮ ਫਹਿਰੇ ਸਿਆਲਕੋਟ ਸਿਆਲਕੋਟ ਦੇ ਨਾਮਵਰ ਅਤੇ ਬ੍ਰੈਂਡ ਵਪਾਰੀ ਸਰਦਾਰ ਆਜ਼ਮ ਡੋਗਰ ਸਾਹਿਬ ਦੇ ਡੇਰੇ 'ਤੇ ਮੌਜੂਦ ਹਾਂ ਅਤੇ ਮਾਸ਼ਾਅੱਲਾ ਜੀ ਡੋਗਰ ਸਾਹਿਬ ਨੇ ਖੜਾਕ ਕੀਤਾ ਦੋਸਤਾਂ ਵਾਸਤੇ 3 ਟਾਪ ਕਲਾਸ ਸਿਆਲਕੋਟੀ ਗਾਵਾਂ ਇਸ ਤੋਂ ਇਲਾਵਾ 2 ਪਿਓਰ ਨੀਲੀ ਦੀਆਂ ਝੋਟੀਆਂ ਲੈ ਕੇ ਆਏ ਨੇ ਅਤੇ ਮਾਸ਼ਾਅੱਲਾ ਜੀ 21-22 ਕਿਲੋ ਦੁੱਧ ਵਾਲੀ ਗਾਂ ਵੀ ਮੌਜੂਦ ਹੈ ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦੀ ਜਿਹੜੀ ਕੀਮਤ ਹੈ ਉਹ ਵੀ ਮਲੂਮ ਕਰਨੇ ਹਾਂ ਜੀ ਡੋਗਰ ਸਾਹਿਬ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਭਾਈ ਕੀ ਹਾਲ ਹੈ ਠੀਕ ਠਾਕ ਹੋ ਅੱਲਾ ਦਾ ਸ਼ੁਕਰ ਹੈ ਜਨਾਬ ਤੁਸੀਂ ਸੁਣਾਓ ਸਾਰੇ ਸਭ ਹੈਰੀਅਤ ਹੈ ਜੀ ਅੱਲਾ ਸੁਣਨ ਦਾ ਬੜਾ ਆਸਾਨ ਤੁਹਾਡੀਆਂ ਦੁਆਵਾਂ ਨੇ ਪਹਿਲੇ ਨੰਬਰ 'ਤੇ ਅਤੇ ਸਾਰੇ ਭਰਾਵਾਂ ਨਾਲ ਮੈਂ ਮਾਜ਼ਰਤ ਕਰਦਾ ਵਾਂ ਕਿ ਜਿਹਨਾਂ ਦਾ ਮੈਂ ਫੋਨ ਟੈਨ ਕੀ ਕਰਦਾ ਮੈਂ ਨੰਬਰ ਹੀ ਬੰਦ ਹਾਂ ਜਿਹਨਾਂ ਭਰਾਵਾਂ ਦਾ ਹਫ਼ਤਾ ਨਹੀਂ ਹੋ ਸਕਿਆ ਜਾਂ ਫੋਨ ਜਿਹਨਾਂ ਦਾ ਅਟੈਂਡ ਨਹੀਂ ਕਰ ਸਕਿਆ ਉਹਨਾਂ ਨਾਲ ਮੈਂ ਮਾਜ਼ਰਤ ਕਰਦਾ ਵਾਂ ਡੋਗਰ ਸਾਹਿਬ ਸਾਨੂੰ ਵੀ ਕਾਫੀ ਦੋਸਤਾਂ ਨੇ ਨਾ ਕਮੈਂਟ ਕਰਕੇ ਅਤੇ ਪੁੱਛਿਆ ਹੋਵੇ ਕਿ ਡੋਗਰ ਸਾਹਿਬ ਦੀ ਪਿਛਲੀ ਵੀਡੀਓ ਨਹੀਂ ਬਣ ਸਕੀ ਅਸੀਂ ਇੰਤਜ਼ਾਰ ਕੀਤਾ ਅਤੇ ਸਾਨੂੰ ਉਹਦੀ ਵਜ੍ਹਾ ਵੀ ਦੱਸਿਆ ਉਹ ਕੋਈ ਮਸਲਾ ਸੀ ਕਿਸੇ ਯਾਰ ਦੋਸਤ ਦਾ ਉੱਧਰ ਹੀ ਨਿਕਲੇ ਹਾਂ ਅਤੇ ਮੈਂ ਪਹਿਲਾਂ ਮਹੀਆਂ ਲੈਣ ਗਿਆ ਹਾਂ ਬਾਅਦ ਦੇ ਵਿੱਚ ਫਿਰ ਉੱਧਰ ਇੱਕ ਬੰਦੇ ਨਾਲ ਕੋਈ 2-4 ਦਿਨ ਲੱਗ ਗਏ ਦੁਬਾਰਾ ਫਿਰ ਮਹੀਆਂ ਲਈਆਂ ਨੇ ਪਤਾ ਲੱਗਾ ਸੀ ਛੋਟੇ ਡੋਗਰ ਸਾਹਿਬ ਦੱਸ ਦੇਵੇ ਮਾਸ਼ਾਅੱਲਾ ਜੂ 'ਚ ਗਏ ਹੋ ਅਤੇ ਲੈ ਕੇ ਆਏ ਹੋ ਜਾਂਦਾ ਹਾਂਜੀ ਆਹਾਂ ਕੋਈ 35-40 ਮਹੀਆਂ ਲਿਆ ਕੇ ਵੇਚੀਆਂ ਨੇ ਕੋਈ 2 ਹਫ਼ਤਿਆਂ ਦੇ ਵਿੱਚ ਜਿੰਨਾ ਦੇ ਅਤੇ ਬੜਾ ਹੀ ਅੱਲਾ ਸੁਣਨ ਦਾ ਆਸਾਨ ਹੈ ਬਾਕੀ ਫਿਰ ਅੱਜ ਵੀ ਇਹੀ ਗੱਲ ਹੋਏਗੀ ਸਾਡੀ ਮੱਝ ਜੂ ਤੋਂ ਇਲਾਵਾ ਦੀ ਸਾਬਤ ਹੋਏ ਤਾਂ ਟੋਟਲ ਮਾਲ ਹੀ ਫ੍ਰੀ ਦੇ ਦਿਆਂਗਾ ਗਾਈਂ ਜ਼ਿਲ੍ਹਾ ਸਿਆਲਕੋਟ ਤੋਂ ਬਾਹਰ ਦੀ ਸਾਬਤ ਹੋਏ ਅਤੇ ਉਹ ਗਾਈਂ ਵੀ ਤਾਂ 5 ਲੱਖ ਰੁਪਇਆ ਵੇ ਨਾਮ ਟੋਟਲ ਗਾਈਂ ਆਪਣੀ ਜੂ ਦੀ ਲੈਂਦੇ ਹਾਂ ਅੱਲਾ ਦੇ ਫਜ਼ਲ ਨਾਲ ਅਤੇ ਸ਼ੌਕ ਕਰਾਉਂਦੇ ਹਾਂ ਭਰਾਵਾਂ ਨੂੰ 2 ਝੋਟੀਆਂ ਨੇ ਇਸ ਤੋਂ ਇਲਾਵਾ ਸਾਡੇ ਕੋਲ ਮੱਝਾਂ ਬਾਹਰ ਵੀ ਖੜੀਆਂ ਨੇ ਮੈਂ ਵੀਡੀਓ ਇੱਕ ਵੇਖ ਰਿਹਾ ਇੱਕ ਦੋਸਤ ਕਹਿੰਦਾ ਸੀ ਪਿਆ ਵੀਡੀਓ ਦੇ ਵਿੱਚ ਕਿ ਮੱਝਾਂ ਨੂੰ ਠੱਪੇ ਬੰਦੇ ਲਿਆ ਕੇ ਲਾ ਲੈਂਦੇ ਨੇ ਮੱਝਾਂ ਹੀ ਜਨਮਨ ਠੱਪਿਆਂ ਵਾਲੀਆਂ ਬਜੀਆਂ ਨੇ ਮੇਰੇ ਕੋਲ 2 ਵਾਰ ਮੱਝ ਜੂ ਦੀ ਹੋਏ ਤੇ ਆਪ ਹੀ ਨਜ਼ਰ ਆ ਜਾਂਦੀ ਹੈ ਮੇਰਾ ਭਾਈ ਨਾਲੇ ਇਹ ਕੋਈ ਕਿਸੇ ਨੂੰ ਚੈਲੇਂਜ ਨਹੀਂ ਅੱਲਾ ਦੇ ਫਜ਼ਲ ਨਾਲ ਸਾਰੇ ਭਰਾ ਮਾਲ ਖਰੀਦਣ ਵਾਲਿਆਂ ਨੂੰ ਵੀ ਪਤਾ ਹੈ ਕਿ ਮਾਲ ਸਾਡਾ ਚੰਗਾ ਹੁੰਦਾ ਜਾਂ ਹੌਲਾ ਹੁੰਦਾ ਵੇ ਉਹ ਸਾਰੇ ਭਰਾਵਾਂ ਨੂੰ ਪਤਾ ਕਿ ਸਾਨੂੰ ਐਡੀਆਂ ਸਫਾਈਆਂ ਦੇਣ ਦੀਆਂ ਦੱਸਣ ਦੀ ਜ਼ਰੂਰਤ ਨਹੀਂ ਡੋਗਰ ਸਾਹਿਬ ਤੁਹਾਡਾ ਮਾਸ਼ਾਅੱਲਾ ਇੱਕ ਆਪਣਾ ਮਿਆਰ ਹੈ ਸਿਆਲਕੋਟ ਵਿੱਚ ਇਹ ਕੱਢ ਪੁੱਤਰ ਬੈੜੀ ਹੋਏ ਪਹਿਲੇ ਕਰਵਾਈਏ ਸ਼ੌਕ ਹਾਂਜੀ ਠੀਕ ਹੈ ਲਓ ਜੀ ਦੋਸਤੋ ਆਪਣਾ ਸ਼ੌਕ ਦੋਸਤਾਂ ਨੂੰ ਸਾਰੇ ਜਾਨਵਰਾਂ ਦਾ ਕਰਵਾ ਦਈਏ ਲੋਕੇਸ਼ਨ ਦੋਸਤਾਂ ਨੂੰ ਸਮਝਾ ਦਈਏ ਪਿੰਡ ਦਾ ਨਾਂ ਹੈ ਪੀਰੋ ਚੱਕ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ ਮਜ਼ੀਦ ਡੋਗਰ ਸਾਹਿਬ ਦੇ ਨੰਬਰ ਸਕਰੀਨ 'ਤੇ ਆ ਰਹੇ ਨੇ ਦੋਸਤ ਰਾਬਤਾ ਕਰ ਸਕਦੇ ਨੇ ਜੀ ਵੈਡ ਇਹ ਚੈੱਕ ਕਰੋ ਜੀ ਮਾਸ਼ਾਅੱਲਾ ਵੈਡ ਨੰਬਰ 1 ਬਾਈ ਸਾਹਿਬ ਟੋਟੋ ਤੁਹਾਡੀ ਭਾਈ ਇਹਨੂੰ 1 ਮਿੰਟ ਦਾ ਵੀ ਕੋਈ ਬਾਜ਼ਾਰ ਨਹੀਂ ਲੱਗਾ ਜੀ ਡੋਗਰ ਸਾਹਿਬ ਕਿੰਨੇ ਸੂਏ ਸੂਈ ਹੈ ਤੇ ਕਿੰਨੇ ਸੂਈ ਹੈ ਅੱਜ ਹੀ ਸੂਈ ਹੈ ਨਾੜੂ ਵੇਖ ਲਵੋ ਕੱਚਾ ਠੀਕ ਜਾ ਕੀ ਮਗਰ ਉੱਥੇ ਹੀ ਤਸਵਰ ਚਵਾਈ ਸਾਰੀ ਕਰਕੇ ਲੈ ਕੇ ਆਇਆ ਸੁਬਾ ਜਾ ਕੀ ਮਗਰ ਬੱਚਾ ਚਿਹਰੇ ਦੀ ਖੂਬਸੂਰਤੀ ਵੀ ਦੋਸਤਾਂ ਨੇ ਵੇਖ ਲੈਣੀ ਮਾਸ਼ਾਅੱਲਾ ਜੀ ਬਾਈ ਸਾਹਿਬ ਚੱਕ ਲਵਾ ਛੋਟਾ ਜਿਹਾ ਦੇਖੋ ਪਛਮ ਕਿੰਨੀ ਬਰੀਕ ਅਬਰੀਕੀਆਂ ਵੀ ਦੋਸਤਾਂ ਨੇ ਵੇਖ ਲੈਣੀ ਮਾਸ਼ਾਅੱਲਾ ਜੀ ਲਿਬਾਸ ਵੀ ਦੋਸਤਾਂ ਨੇ ਵੇਖ ਲੈਣਾ ਤੇ ਥਾਂ ਦੋਸਤਾਂ ਨੂੰ ਚੈੱਕ ਕਰਵਾਉਣੇ ਹੱਥ ਖਿਲਾਰੋ
ਇਹਨੂੰ ਭਾਈ ਅੱਛਾ ਕਰੋ ਮਾਸ਼ਾਅੱਲਾ ਜੀ ਕੋਈ ਟਾਈਮ ਨਹੀਂ ਲੱਗਾ ਇੱਕ ਮਿੰਟ ਬਿਲਕੁਲ ਕਿਸੇ ਕਿਸਮ ਦਾ ਕੋਈ ਡੱਕਾ ਨਹੀਂ ਹਕੀਕਤ ਰਿਐਲਿਟੀ ਦੋਸਤਾਂ ਦੇ ਸਾਹਮਣੇ ਸਵਰ ਹੋ ਰਹੀ ਕੋ 10 ਕੁ ਵਈਆ ਲੈ ਕੇ ਆਏ ਨੇ ਬੋਗ ਸਾਹਿਬ ਕੀ ਬੋਲਾ ਕੱਢਿਆ ਕੀ ਬੋਲਾ ਕੱਢਿਆ ਕਿੰਨਾ ਕੁ ਸਾਰਾ ਬੋਲਾ ਕੱਢਿਆ ਸੀ 7-8 ਕਿਲੋ ਬੋਲਾ ਕੱਢਿਆ ਉਹ ਜਾਨ ਪਾ ਇੱਕੋ ਹੀ ਚਵਾਈ ਹੋਈ ਜਾਨ ਨੂੰ ਪਲਾ ਕੇ 7-8 ਕਿਲੋ ਬੋਲਾ ਕੱਢਿਆ ਇੱਕੋ ਹੀ ਚਵਾਈ ਹੋਈ ਹੈ ਨਸਲ ਦਾ ਡੋਗ ਸਾਹਿਬ ਕਿਹਦੀ ਹੈ ਜੀ ਲੈੜੀ ਤੇ ਵੇਖੋ ਅੱਛਾ ਕਰੋ ਜੀ ਦੋਸਤੋ ਮਾਸ਼ਾਅੱਲਾ ਜੀ ਆ ਵੀ ਸਿਹਤਮੰਦ ਮਾਸ਼ਾਅੱਲਾ ਤੇਰੇ ਬਾਸ ਵੀ ਫ੍ਰੀਜ਼ੀਅਨ ਕਲਾਸ ਚ ਜਰਸੀ ਤੇ ਫ੍ਰੀਜ਼ੀਅਨ ਦੀ ਚੁਲਸ ਨਹੀਂ ਕਲਾਸ 7 ਕਿਲੋ ਪਹਿਲੀ ਚਵਾਈ ਦਾ ਬੋਲਾ ਪਿੱਛੇ ਇਹਦੇ ਵੱਛਾ ਤੇ ਡੋਗਰ ਸਾਹਿਬ ਕੀ ਇਹਦੀ ਕੀਮਤ ਹੈ ਡੋਗਰ ਸਾਹਿਬ ਵੈਰ ਨੰਬਰ 1 ਦੀ ਕੀਮਤ ਇਹਦੀ ਭਾਈ ਅੱਜ ਦਾ ਰੇਟ ਦਵਾਂਗੇ ਫਾਈਨਲ ਰੇਟ ਦਵਾਂਗੇ ਆਈ ਦੀ ਵੀਡੀਓ ਦਾ 2,85,000 ਰੁਪਏ ਦੀ ਜਿਹੜੇ ਭਰਾ ਦੀ ਸਮਝ ਆਇਆ ਫਾਈਨਲ 1 ਰੁਪਿਆ ਵੀ ਘੱਟ ਵੱਧ ਨਹੀਂ ਹੋਣਾ ਠੀਕ ਹੈ ਵੈਰ ਨੰਬਰ 1 ਸੀ ਕੀਮਤ ਡਿਮਾਂਡ 2,85,000 ਲੈ ਗਿਆ ਜੀ ਭਾਈ ਸਵਰ ਅੱਗੇ ਤੇ ਬ੍ਰਾਂਡ ਹੀ ਆ ਗਿਆ ਮਾਸ਼ਾਅੱਲਾ ਜੀ ਵੈਰ ਨੰਬਰ 2 ਦੇ ਦੋਸਤਾਂ ਨੇ ਵੀ ਮਾਸ਼ਾਅੱਲਾ ਦਾ ਕਮੈਂਟ ਲਾਜ਼ਮੀ ਕਰਨਾ ਮਾਸ਼ਾਅੱਲਾ ਜੀ ਖੂਬਸੂਰਤੀ ਤੇ ਨਫਾਸਤ ਦੋਸਤਾਂ ਨੇ ਵੇਖ ਲੈਣੀ ਹੈ ਹਾਈਟ ਵੀ ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ ਜੀ ਕਦਾ ਵਰ ਵੈਰ ਸਵਰ ਭਾਈ ਚੱਕ ਲਵਾਂ ਇੱਕ ਲਮੈ ਤਨ ਦਾ ਜੀ ਡੋਕਟਰ ਸਾਹਿਬ ਕਿੰਨੇ ਸੂਏ ਸੂਈ ਹੈ ਤੇ ਕਿੰਨੇ ਦਿਨ ਹੋ ਗਏ ਸੂਏ ਸੂਏ ਸੂਈ ਹੈ ਅੱਜ ਹੀ ਸੂਈ ਹੈ ਇੱਕੋ ਹੀ ਚਵਾਈ ਜਿਹੜੀ ਕੀਤੀ ਹੈ ਅਸੀਂ ਹੀ ਠੀਕ ਹੈ ਕਿੰਨਾ ਕੁ ਬੋਲਾ ਕੱਢਿਆ ਪਿਛਲੇ ਸੂਏ ਦਾ 24-25 ਕਿਲੋ ਦੁੱਧ ਦਾ ਰਿਕਾਰਡ ਅੱਛਾ ਵੀ ਦੋਸਤਾਂ ਨੇ ਮੁਕੰਮਲ ਤਸੱਲੀ ਕਰ ਲੈਣੀ ਮਾਸ਼ਾਅੱਲਾ ਜੀ ਇੱਕ ਦਿਨ ਦਾ ਜਾ ਵੇ ਬੰਨ ਵੀ ਦੋਸਤਾਂ ਨੇ ਵੇਖ ਲੈਣੀ ਇੱਕ ਦਿਨ ਦਾ ਜਾ ਹੈ ਮਾਸ਼ਾਅੱਲਾ ਤੇ ਬੰਨ ਤੇ ਝਾਲਰ ਵੀ ਵੇਖ ਲੈਣੀ ਐ ਚੈੱਕ ਕਰੋ ਮਾਸ਼ਾਅੱਲਾ ਜੀ ਤੇ ਜਿਹੜੇ ਥਣ ਜਿਹੜੀਆਂ ਵੰਡਾਂ ਤੇ ਲੱਗੇ ਨੇ ਉਹ ਦੋਸਤਾਂ ਨੇ ਸਪੈਸ਼ਲ ਚੈੱਕ ਕਰ ਦੇਣਾ ਵੇਖੋ ਮਾਸ਼ਾਅੱਲਾ ਜੀ 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 ਬਗੈਰ ਵੰਗੇ ਤੋਂ ਲੱਤ ਵੀ ਹਿਲਾਏ ਤੇ ਗਈ ਗਾੜੀ ਵੀ ਸਾਡੀ ਮਾਸ਼ਾਅੱਲਾ ਜੀ ਚੌਲਸਤਾਨੀ ਕਲਾਸ ਜਿਹੜੀਆਂ ਥਾਣਾ ਦੀਆਂ ਵੰਡਾਂ ਨੇ ਉਹਨਾਂ ਦੀ ਮੁੱਲ ਕੋਈ ਨੀ ਮਾਸ਼ਾਅੱਲਾ ਕੋਈ ਗੱਲ ਨੀ ਕੈਮਰੇ ਤੋਂ ਡਰਦੀ ਹੈ ਹਾਈਟ ਵੀ ਮਾਸ਼ਾਅੱਲਾ ਵੇਖਣੀ ਡੱਚ ਤੇ ਚੌਲਸਤਾਨੀ ਕਲਾਸ ਜੀ ਡੋਗਰ ਸਾਹਿਬ ਵੈਰ ਨੰਬਰ 2 ਦਾ ਰੇਟ ਭਾਈ ਇਹਦਾ ਅੱਜ ਦਾ ਤੇ ਅੱਜ ਦੀ ਵੀਡੀਓ ਦਾ ਫਾਈਨਲ ਰੇਟ ਹੋਏਗਾ ਜੇ ਕਿਸੇ ਭਰਾ ਦੇ ਪਸੰਦ ਹੋਏ 3,80,000 ਰੁਪਇਆ ਫਾਈਨਲ ਵੈਰੀ ਦਾ ਰੇਟ ਹੋਏਗਾ 1 ਰੁਪਿਆ ਵੀ ਘੱਟ ਨਹੀਂ ਹੋਣਾ ਜੀ 3,80,000 ਨੰਬਰ 2 ਤੇ ਚੈੱਕ ਕਰਵਾਈਏ ਇੱਕੋ ਹੀ ਬੋਲਾ ਡੋਗਰ ਸਾਹਿਬ ਨੇ ਕੱਢਿਆ ਮਾਸ਼ਾਅੱਲਾ ਜੀ 12 ਕਿਲੋ ਪਿਛਲੇ ਸੂਏ ਦਾ ਰਿਕਾਰਡ 25 ਕਿਲੋ ਦਾ ਉਹ ਦੂਸਰਾ ਚੁੱਕਾ ਚੁੱਕਿਆ ਮਜ਼ੀਦ ਦੋਸਤਾਂ ਨੇ ਡੋਗਰ ਸਾਹਿਬ ਦੇ ਜੀ ਆਪ ਸਮਾਤ ਥਣਾ ਦੀ ਗਰੰਟੀ ਹੋਏਗੀ ਜਿਹੜੀ ਠੀਕ ਹੈ ਲੈ ਗਿਆ ਜੀ ਭਾਈ ਸਵਰ ਅੱਗੇ ਨੰਬਰ 3 ਦਾ ਮਾਸ਼ਾਅੱਲਾ ਡੋਗਰ ਸਾਹਿਬ ਮਾਸ਼ਾਅੱਲਾ ਇੱਕ ਤੋਂ ਇੱਕ ਵੱਧ ਖੂਬਸੂਰਤ ਜਾਨਵਰ ਲੈ ਕੇ ਆਏ ਲਓ ਜੀ ਦੋਸਤੋ ਇਹ ਤਸੱਲੀ ਕਰਨੀ ਹੈ ਮੁਕੰਮਲ ਜੀ ਆਰਡਰ ਕੁਆਲਿਟੀ ਦੋਸਤਾਂ ਨੇ ਵੇਖ ਲੈਣੀ ਕੱਟ ਵਾਲਾ ਆਰਡਰ ਮਾਸ਼ਾਅੱਲਾ ਹਾਈਟ ਤੇ ਲਾਮ ਵੀ ਦੋਸਤਾਂ ਨੇ ਵੇਖਣੀ ਮਾਸ਼ਾਅੱਲਾ ਜੀ ਡੋਗਰ ਸਾਹਿਬ ਕਿੰਨੇ ਸੂਏ ਸੂਈ ਹੈ ਤੇ ਕਿਦਾਂ ਦੀ ਸੂਈ ਦੂਸਰੇ ਸੂਏ ਸੂਈ ਹੈ ਨੂੰ ਛਿੱਗੀ ਮੂੰਹ ਵੈੜੀ ਹਾਲ ਛਿੱਗੀ ਮੂੰਹ ਚ 6 ਦੰਦ ਦੂਸਰੇ ਸੂਏ ਸੂਈ ਐ ਚੈੱਕ ਕਰੋ ਮਾਸ਼ਾਅੱਲਾ ਜੀ 6 ਦੰਦ ਜੈਨਮਨ ਛਿੱਗੀ ਫਾਸਤ ਤੇ ਖੂਬਸੂਰਤੀ ਦਾ ਮਾਸ਼ਾਅੱਲਾ ਮੁੱਲ ਕੋਈ ਨਹੀਂ ਥਾਣਾ ਦੀਆਂ ਵਿਰਲਾ ਵੀ ਦੋਸਤਾਂ ਨੇ ਵੇਖ ਲੈਣੀ ਹੈ ਮਾਸ਼ਾਅੱਲਾ ਆਰਡਰ ਕੁਆਲਿਟੀ ਘੱਟ ਵਾਲਾ ਆਰਡਰ
ਖੂਬਸੂਰਤੀ ਦਾ ਮੁੱਲ ਕੋਈ ਨੀ ਤੇ ਅਡਰ ਕੁਆਲਿਟੀ ਸਪੈਸ਼ਲ ਦੋਸਤਾਂ ਨੇ ਵੇਖਣੀ ਉਹ ਆਸਟਰਮ ਫ੍ਰੀਜ਼ੀਅਨ ਤੇ ਚੌਲਸਤਾ ਨਹੀਂ ਕਰਾ ਹਾਂ ਆਸਟਰਮ ਫ੍ਰੀਜ਼ੀਅਨ ਤੇ ਚੌਲਸਤਾ ਨਹੀਂ ਚਕਰਾਸ ਮਾਸ਼ਾਅੱਲਾ ਜੀ ਸਿਹਤ ਵੀ ਵੇਖ ਲੈਣੀ ਮਾਸ਼ਾਅੱਲਾ ਤੇ ਟੁਰਨੂ ਹਵਾਦਾਰ ਹੋਈ ਹੈ ਅਲਬਾਸ ਚੈੱਕ ਕਰੋ ਜੀ 24-25 ਕਿਲੋ ਦੁੱਧ ਮਾਸ਼ਾਅੱਲਾ ਤੇ ਜਾ ਮਗਰ ਵੱਛਾ ਮੂੰਹ 'ਚ 6 ਦੰਦ ਦੂਸਰਾ ਸੂਆ ਬਰੀਕੀਆਂ ਦੋਸਤਾਂ ਨੇ ਵੇਖ ਲੈਣੀ ਪੁਸ਼ਲ ਵੀ ਵੇਖਣੀ ਮਾਸ਼ਾਅੱਲਾ ਜੀ ਤੇ ਅਡਰ ਕੁਆਲਿਟੀ ਵੀ ਵੇਖਣੀ ਦੂਸਰੇ ਸੂਹੇ ਸੂਈ ਪਿਛਲੇ ਸੂਹੇ ਦਾ 20 ਕਿਲੋ ਦਾ ਰਿਕਾਰਡ ਪਿਓਰ ਨੀਲੀ ਦੀ ਝੋਟੀ ਮਾਸ਼ਾਅੱਲਾ ਜੀ ਬਰੀਕੀਆਂ ਆਪ ਹੀ ਦੱਸਦੀਆਂ ਨੇ ਪਿਆ ਮਾਸ਼ਾਅੱਲਾ ਤੇ ਜਾ ਕੇ ਡੁੱਕ ਸਾ ਮਗਰ ਕੱਟਾ ਉਹ ਵੀ ਚੈੱਕ ਕਰਵਾਉਂਦੇ ਆ ਦੋਸਤਾਂ ਬਰੀਕੀਆਂ ਦੋਸਤਾਂ ਨੂੰ ਮੁਕੰਮਲ ਚੈੱਕ ਕਰਵਾ ਦਿੰਦੇ ਆ ਜੂਹ ਦੀ ਝੋਟੀ ਕਹਿੰਦੀ ਮਾਸ਼ਾਅੱਲਾ ਜੀ ਇਹ ਪਹਿਚਾਣ ਹੈ ਕੋਈ ਧੁੰਨੀ ਕੋਲੀ ਦਾ ਕੋਈ ਨਿਸ਼ਾਨ ਨਹੀਂ ਸੁਵੇਗੀ ਇਹ ਥਾਨ ਦੇਗਾ ਲੰਮਾ ਨਹੀਂ ਕਰੇਗੀ ਠੀਕ ਹੈ ਹਾਂਜੀ ਅੱਛਾ ਕਰੋ ਮਾਸ਼ਾਅੱਲਾ ਜੀ ਥਾਣਾ ਦੀ ਵੰਡ ਇੱਕ ਦਫਾ ਫਿਰ ਵੇਖ ਲੈਣੀ ਪਸੰਦ ਆਈ ਉਹ ਜਾਲ ਆਇਆ ਨਾ ਤੂੰ ਤਾਂ ਬਸ ਜਿਹੜਾ ਭਾਈ ਹੁਣ ਝੋਟੀ ਦਾ ਫਾਈਨਲ ਰੇਟ ਹੈ ਨਾ ਉਹ ਹੈਗਾ 4,60,000 4,60,000 ਪਿਓਰ ਨੀਲੀ ਦੀ ਝੋਟੀ ਹੈ ਤੇ ਕੀਮਤ ਡਿਮਾਂਡ 4,60,000 ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ ਲਿਬਾਸ ਇੱਕ ਦਫਾ ਦੋਸਤਾਂ ਨੇ ਫਿਰ ਵੇਖ ਲੈਣਾ ਬਾਈ ਇਰਫਾਨ ਨੂੰ ਕੱਢੋ ਜ਼ਰਾ ਚਿਹਰਾ ਪਹਿਲੀ ਝੋਟੀ ਵੇਖੋ ਤੇ ਮਾਸ਼ਾਅੱਲਾ ਕਹੋ ਤੇ ਝੋਟੀ ਵੇਖੋ ਲਓ ਜੀ ਦੋਸਤੋ ਝੋਟੀ ਨੰਬਰ 2 ਪਹਿਲੀ ਝੋਟੀ ਦੀ ਡੋਕਰ ਸਾਹਿਬ ਜੀ ਮਾਸ਼ਾਅੱਲਾ ਜੀ ਪਹਿਲਵਾਨ ਪਹਿਲਨ ਬਾਈ ਇਰਫਾਨ ਲਾ ਉਹ ਚੈੱਕ ਕਰੋ ਲਓ ਜੀ ਦੋਸਤਾਂ ਚੈੱਕ ਕਰਨੀ ਬਰੀਕੀਆਂ ਦੀਆਂ ਵੀ ਮਾਸ਼ਾਅੱਲਾ ਚੈੱਕ ਕਰਨੀਆਂ ਪੁੱਠਾ ਵੇਖ ਲੈ ਫਿਰ ਕਰਮ ਵਾਲੀ ਐਸਰਾਂ ਦੀਆਂ ਨੇ ਸ਼ਰਾਫਤ ਵੀ ਵੇਖ ਲਓ ਜੀ ਸ਼ਰਾਫਤ ਐਂਡ ਐਸਰਾਂ ਦੀ ਕਰਮ ਵਾਲੀ ਸ਼ਰਾਫਤ ਦਾ ਮੁੱਲ ਕੋਈ ਨਹੀਂ ਕੋਈ ਵੰਗੇ ਢੰਗੇ ਲਾਉਣ ਦੀ ਲੋੜ ਨਹੀਂ ਹੈ ਪਹਿਲਾਂ ਵੇਖੋ ਜੀ ਮਾਸ਼ਾਅੱਲਾ ਠੀਕ ਕੁਆਲਿਟੀ ਦੀ ਵੇਖ ਲੈ ਚੰਗਾ ਲਿਬਾਸ ਕੀਤਾ ਮਾਸ਼ਾਅੱਲਾ ਤੇ ਥਾਣਾ ਦੀਆਂ ਬਿੱਲਾਂ ਡੋਗਰ ਸਾਹਿਬ ਉਹਨਾਂ ਦੇ ਬਾਰੇ 'ਚ ਕੁਝ ਕਹੋ ਉਹ ਤੁਸੀਂ ਵਹਾਣਾ ਇਹ ਚੈੱਕ ਕਰੋ ਜੀ ਤੇ ਪੀੜੀ ਦੇ ਪਾਵੇ ਨਾ ਪੀੜੀ ਦੇ ਪਾਵੇ ਡੋਗਰ ਸਾਹਿਬ ਦੀਆਂ ਝੁੱਟੀਆਂ ਆਪ ਹੀ ਬੋਲ ਕੇ ਦੱਸਦੀਆਂ ਵੀ ਆਪਣਾ ਆਪ ਇਹਦਾ ਚਿਹਰਾ ਵੀ ਚੈੱਕ ਕਰੋ ਬਾਈ ਇਰਫਾਨ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਚਿਹਰੇ ਦੀ ਖੂਬਸੂਰਤੀ ਵੇਖ ਲੈਣੀ ਹੈ ਛੋਟੇ ਸਿੰਘ ਕੁੰਡੇ ਮਾਸ਼ਾਅੱਲਾ ਜੀ ਇਹ ਥਾਣੇ ਇੱਕ ਦਫਾ ਫਿਰ ਦੋਸਤਾਂ ਨੇ ਵੇਖ ਲੈਣੀ
ਜਿੰਨਾ ਲਿਬਾਸ ਪਿੱਛੇ ਨੂੰ ਕੱਢਿਆ ਮਾਸ਼ਾਅੱਲਾ ਉਹਨਾਂ ਹੀ ਅੱਗੇ ਨੂੰ। ਡੋਗਰ ਸਾਹਿਬ ਕਿੰਨੇ ਪਹਿਲੇ ਸੂਬੇ ਵੇ? ਪਹਿਲੇ ਸੂਬੇ ਚੌਗੀ ਇਹਨਾਂ ਨੂੰ ਛਿੱਗੀ ਲੱਗਦੀ ਹੈ ਜੋ ਚਾਰ ਦੰਦੇ ਛਿੱਗੀ ਲੱਗਦੀ ਹੈ ਵੀ ਜਾ ਕੀ ਮਗਰ ਕੱਟੀ ਕੱਟੀ ਕਿੰਨੇ ਕੁ ਦਿਨ ਹੋ ਗਏ ਸੋਇਆ ਇਹਨੂੰ? ਅੱਜ ਤੋਂ ਦੋ ਤਿੰਨ ਦਿਨ ਹੋ ਗਏ ਜੀ ਹੁਣ। ਦੋ ਤਿੰਨਾਂ ਦਿਨਾਂ ਦੀ ਸੂਈ ਤੁਹਾਡੀ ਕੋ 16 17 ਕਿਲੋ ਹੈ ਇਸ ਟਾਈਮ। ਮਾਸ਼ਾਅੱਲਾ ਜੀ 16 17 ਕਿਲੋ ਬੋਲਾ ਤਿੰਨ ਕੁ ਦਿਨ ਹੋ ਗਏ ਸੋਇਆ ਜਾ ਮਗਰ ਕੱਟੀ ਚਾਰ ਦਿਨ ਹੋ ਗਏ ਜੀ। ਅੱਗੇ ਕਰੋ ਭਾਈ ਇਹਨੂੰ ਇਹ ਕੱਟੀਏ ਜੀ ਮਗਰ। ਹਾਂ ਜੀ ਮਾਰ ਮਾਸ਼ਾਅੱਲਾ ਸਿਹਤਮੰਦ ਹੈ ਜੀ। ਝੋਟੀ ਨੰਬਰ 2 ਸੀ ਭਾਈ ਇਹਦਾ ਨਾ ਵੇਖੋ ਬਟਨ ਨਹੀਂ ਲੱਗੇ ਨੇ ਨੀਲੀ ਦੇ। ਹਾਂ ਬਿਲਕੁਲ ਜੀ ਨੀਲੀ ਦੇ। ਡੋਗਰ ਸਾਹਿਬ ਤੁਹਾਡੇ ਜਾਨਵਰ ਆਪੀ ਬੋਲ ਕੇ ਦੱਸਦੇ ਪਏ ਨੇ ਜੂ ਦੇ ਨੇ ਤੁਹਾਨੂੰ ਬੋਲਣ ਦੀ ਜ਼ਰੂਰਤ ਨਹੀਂ ਮਾਸ਼ਾਅੱਲਾ। ਇਹ ਚੈੱਕ ਕਰੋ ਇਹਦਾ ਭਾਈ ਰੇਟ ਨਹੀਂ ਦੇਣਾ ਕੋ ਭਰਾ ਫੋਨ ਤੇ ਪੁੱਛ ਲਏਗਾ। ਇਹ ਸ਼ਕੀਨੀ ਵਾਲੀ ਦੇ ਸ਼ੌਕ ਦੇ ਮਰ ਰਹੇ ਹੁੰਦੇ। ਬਿਲਕੁਲ ਜੀ ਡੋਗਰ ਸਾਹਿਬ ਦੇ ਨੰਬਰ ਸਕਰੀਨ ਤੇ ਆ ਰਹੇ ਨੇ ਅਗਰ ਕਿਸੇ ਦੋਸਤ ਦੀ ਸਮਝ 'ਚ ਆਉਂਦੀ ਹੈ ਮਾਸ਼ਾਅੱਲਾ ਇਹੋ ਜਿਹੀਆਂ ਚੀਜ਼ਾਂ ਦੇ ਮੁੱਲ ਵਾਸਤੇ ਕੋਈ ਨਹੀਂ ਹੁੰਦੇ। ਅਗਰ ਕਿਸੇ ਦੀ ਸਮਝ 'ਚ ਇਹਦੀ ਕੁਆਲਿਟੀਆਂ ਇਹਦੀਆਂ ਖੂਬੀਆਂ ਆਉਂਦੀਆਂ ਨੇ ਤਾਂ ਡੋਗਰ ਸਾਹਿਬ ਦੇ ਨੰਬਰ ਸਕਰੀਨ ਤੇ ਆ ਰਹੇ ਨੇ ਰਾਬਤਾ ਕਰਕੇ ਤੇ ਜਾਨਵਰਾਂ ਦੀ ਖਰੀਦਦਾਰੀ ਕਰ ਸਕਦੇ ਨੇ। ਮਜ਼ੀਦ ਡੋਗਰ ਸਾਹਿਬ ਦੋਸਤਾਂ ਵਾਸਤੇ ਸਾਰੇ ਭਰਾ ਦੁਆ 'ਚ ਯਾਦ ਰੱਖਣ ਠੀਕ ਹੈ ਜੀ ਅੱਲਾ ਹਾਫਿਜ਼ ਜੀ। ਡੋਗਰ ਸਾਹਿਬ ਬਹੁਤ ਸ਼ੁਕਰੀਆ। ਉਮੀਦ ਕਰਨਾ ਕਿ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਇਜਾਜ਼ਤ ਚਾਹੁੰਦੇ ਹਾਂ। ਅੱਲਾ ਹਾਫਿਜ਼।